ਹਾਏ ਜੀ ਛੋੜੇ ਬਹੁਤ ਲੱਗ ਲੱਗਾ ਆ ਹਾਏ ਹਾਏ ਹੁਣ ਇਹ ਜੇ ਸਾਈਡ ਕਿਤੇ ਤੇ ਸੋਫਾ ਲਾ ਲੈਣਾ ਹੈ ਜੋ ਜੋ ਵੀ ਹੋਇਆ ਤੇ ਡਬਲ ਬੈੱਡ ਸਾਨੂੰ ਲਿਆਉਣਾ ਪੈਣਾ ਆ ਇੱਕ ਤਾਂ ਚਾਹੀਦਾ ਹੈ ਇੱਕ ਚਾਹੀਦਾ ਉਹ ਕੋਸ਼ਿਸ਼ ਕਰਾਂਗੇ ਕਿ ਜਲ ਤੋਂ ਜਲਦ ਆਪਾਂ ਇੱਕ ਲੈ ਲਈਏ ਡਬਲ ਬੈੱਡ ਛੋਲੇ ਪੂੜੀਆਂ ਲੰਗਰ ਖਾ ਲਓ ਸਾਰੇ ਜਣੇ ਆ ਕੇ ਹੋਰ ਕੀ ਲੰਗਰ ਛਕ ਲਓ ਸਵਾਗਤ ਹੈ ਤੁਹਾਡੇ ਆਪਣੇ ਫਿਊਨਰਲ ਸੈਮ ਜੈਬੂ ਦੇ ਤੁਹਾਡੇ ਆਪਣੇ ਸਾਰਿਆਂ ਦੇ ਯੂਟਿਊਬ ਚੈਨਲ ਤੇ ਜੈਬੂ ਨਾ ਤੋ ਕੇ ਖੁਸ਼ ਹੈ ਰੋਜ਼ ਪਾਪਾ ਨੇ ਨਲਾਇਆ ਅੱਜ ਆਪਣੇ ਸ਼ਾਹਰੂਖ ਖਾਨ ਬਾਲ ਵਿੱਚ ਪਤਾ ਲੱਗਾ ਕਿ ਜਿਹੜੇ ਦੰਦੇ ਹੋਏ ਆ ਪਹਿਲੇ ਵੀ ਸ਼ੈਂਪੂ ਨਾਲ ਨਹਾਤੀ ਵਾਲ ਯਾਰ ਖੁਸ਼ ਆ ਖੁਸ਼ ਬਹੁਤ ਹੀ ਨਹਾਉਣ ਲੱਗੀ ਤੇ ਇੰਨੀ ਖੁਸ਼ ਹੁੰਦੀ ਹੈ ਨਾ ਛੱਡ ਦੋ ਆਣੀ ਕਿਹੜੀ ਜੰਨਤ ਚ ਆਈ ਹੁੰਦੀ ਜਿੱਦਾਂ ਚੱਦਰ ਹਜੇ ਵਿਛਾਈ ਸੀ ਹੁਣੇ ਮੈਂ ਚੱਕ ਲਓ ਕਾਲੇ ਚੱਕ ਲਓ ਕਾਲੇ ਚੱਕ ਲਓ ਟੱਪੋ ਤਾਂ ਨੱਚਦੇ ਟੱਪੋ ਨੱਚੋ ਭੰਗੜਾ ਪਾਓ ਚਲੋ ਇੱਦਾਂ ਭੰਗੜਾ ਪਾਓ ਹਾਏ ਹਾਏ ਭੰਗੜਾ ਪਾਓ ਹਾਏ ਭੰਗੜਾ ਪਾਓ ਜੇ ਝਾੜੂ ਪੋਚਾ ਕਰਨਾ ਹੈ ਭੰਗੜੇ ਪਾਓ ਦੇਖ ਲੋ ਕਰ ਲੋ ਜੋ ਕਰਨਾ ਮੈਂ ਵੀ ਨਹਾਈ ਨਹੀਂ ਕਰਕੇ ਆਵਾ ਚਲ ਆ ਜਾ ਜੈਬੂ ਆ ਜਾ ਟਾਟਾ ਬਾਏ ਜੈਬੂ ਨੂੰ ਮਿਲਣ ਆਏ ਹੋਏ ਆ ਸਪੈਸ਼ਲ ਆਂਟੀ ਹੁਣੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆਪਣੇ ਵੀਡੀਓਸ ਦੇਖਦੇ ਹੁੰਦੇ ਜੈਬੂ ਦੀਆਂ ਬਹੁਤ ਪਿਆਰੀ ਲੱਗਦੀ ਜੈਬੂ ਉਹਨਾਂ ਨੂੰ ਸਾਰਿਆਂ ਨੂੰ ਜੈਬੂ ਪਿਆਰੀ ਲੱਗਦੀ ਆ ਅਸੀਂ ਨਹੀਂ ਲੱਗਦੇ ਹਾਂ ਜੈਬੂ ਨੇ ਉਪਰਾ ਨਹੀਂ ਕੀਤਾ ਬਿਲਕੁਲ ਬਿਲਕੁਲ ਐਂ ਖੇਡਣ ਲੱਗੀ ਹੋਈ ਆ ਮਸਤ ਹੋ ਗਈ ਇਹਨੂੰ ਤਾਂ ਚਾਅ ਚੜ ਗਿਆ ਕੋਈ ਮਿਲਣ ਆਇਆ ਹੋਇਆ ਚਲੋ ਜੀ ਜੈਬੂ ਨੂੰ ਮਿਲ ਕੇ ਚੱਲ ਗਏ ਨੇ ਹੁਣ ਠੀਕ ਆ ਜੀ ਅਤੇ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਬਹੁਤ ਨਾਈਸ ਫੈਮਲੀ ਸੀਗੀ ਅਤੇ ਫਿਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਪਹਿਲਾਂ ਮੈਨੂੰ ਟੱਕਰੇ ਹੋਏ ਸੀ ਫਿਰ ਇੱਕ ਵਾਰੀ ਫਿਰ ਉਹਨਾਂ ਟੱਕਰੇ ਸੀਗੇ ਮੈਂ ਗਿਆ ਸੀ ਐਕਟੀਵਾ 'ਤੇ ਆਪਣੀ ਮਾਰਕੀਟ 'ਚ ਉੱਥੇ ਗਿਲਕੋ ਦੇ ਕੋਲ ਉੱਥੇ ਟੱਕਰੇ ਸੀਗੇ ਮੈਨੂੰ ਅਤੇ ਪਤਾ ਨਹੀਂ ਕਿੱਦਾਂ ਲੱਭ ਲੁੱਭ ਕੇ ਭਾਜੀ ਹੁਣੀ ਆ ਗਏ ਹਾਂ ਇੰਨਾ ਕੁ ਉਹਨਾਂ ਦਾ ਪਿੰਡ ਸੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਲੋਕੇਸ਼ਨ ਦਾ ਦੇਖ ਦੁੱਖ ਲਿਆਉਣਾ ਕਦੇ ਵਲੌਗ ਦੇ ਵਿੱਚ ਹੈ ਨਾ ਜਿੱਦਾਂ ਜੈਬੂ ਵਾਰੀ ਸੀਗਾ ਜਦੋਂ ਆਪਣਾ ਜੈਬੂ ਹੋਈ ਸੀ ਉਹਨਾਂ ਨੂੰ ਹੌਸਪੀਟਲ ਦਾ ਪਤਾ ਲੱਗ ਗਿਆ ਸੀ ਸਾਰਿਆਂ ਨੂੰ ਕਿੱਥੇ ਰਹਿ ਗਏ ਕਿੱਥੇ ਨਹੀਂ ਉਦੋਂ ਵੀ ਸਾਰੀ ਫੈਮਲੀ ਸਿੱਧੇ ਐਂ ਮਿਲਣ ਆਈਆਂ ਸੀ ਬਹੁਤ ਵਧੀਆ ਲੱਗਿਆ ਸੀਗਾ ਅਤੇ ਹੁਣ ਗਏ ਆ ਜੈਬੂ ਦਾ ਵੀ ਚੰਗਾ ਦਿਲ ਲੱਗਿਆ ਸੀਗਾ ਠੀਕ ਆ ਹੋਰ ਟਪੂਸੀਆਂ ਮਾਰੇ ਖੁਸ਼ ਹੋਵੇ ਪਤਾ ਨਹੀਂ ਕੀ ਖੁਸ਼ੀ ਚੜ ਗਈ ਉਹਨੂੰ ਐਂ ਚੱਜ ਨਾਲ ਹਾਂ ਕਹਿੰਦੇ ਮੈਂ ਚੱਲੀ ਉਹਨਾਂ ਦੇ ਨਾਲ ਕਿ ਸੱਚੀ ਨਾਲ ਲੈ ਜਾਣ ਹੁਣ ਫੋਨ 'ਚ ਲੱਗੀ ਹੋਈ ਹੈ ਮਗਰ ਹੋ ਗਈ ਫਿਰ ਦੁਬਾਰਾ ਆਪਣੇ ਇਹਨੂੰ ਟੀ ਵੀ ਲਾ ਕੇ ਦਿੰਦੇ ਹਾਂ ਰੁਕ ਜਾਓ ਅਤੇ ਫਿਰ ਉਹਨਾਂ ਹੁਣ ਲੱਗੀ ਹੋਈ ਸਬਜ਼ੀ ਕੱਟਣ ਠੀਕ ਆ ਕੀ ਬਣਾਉਣ ਲੱਗੇ ਫਿਰ ਉਹਨਾਂ ਸ਼ਿਮਲਾ ਮਿਰਚ ਅਤੇ ਆਲੂ ਹਾਂ ਮੈਂ ਵੀ ਰੋਟੀ ਖਾਧੀ ਸੀਗੀ ਸਵੇਰੇ ਸਵੇਰੇ ਤਾਂ ਮੈਂ ਸ਼ੇਕ ਬਣਾ ਲਿਆ ਸੀਗਾ ਆਪਾਂ ਸਵੇਰੇ ਤਾਂ ਮੈਂ ਬਣਾ ਲਿਆ ਸ਼ੇਕ ਆਹ ਇਹ ਤਾਂ ਦਿਨ 'ਚ ਜਿੰਨੀਆਂ ਮਰਜ਼ੀ ਵਿਛਾ ਦੋ ਇਹਨੇ ਇੱਦਾਂ ਕਰਨਾ ਹੁੰਦਾ ਲੱਤਾਂ ਮਾਰ ਮਾਰ ਕੇ ਫੁੱਟਬਾਲ ਤਾਂ ਖੇਡਦੀ ਉੱਥੇ ਬੈਠ ਕੇ ਚਲੋ ਫਿਰ ਮੈਂ ਇੱਕ ਮਿੰਟ ਰੁਕਿਆ ਮਾੜਾ ਮਾਰਕੀਟ ਜਾ ਕੇ ਆਇਆ ਆਹ ਦੇਖੋ ਜੀ ਛੋਲੇ ਪੂੜੀਆਂ ਲੰਗਰ ਖਾ ਲਓ ਸਾਰੇ ਜਣੇ ਆ ਕੇ ਹੋਰ ਕੀ ਲੰਗਰ ਛਕ ਲਓ ਤੇ ਸੈਮ ਕੇ ਦੱਸਿਆ ਸੀ ਨਾ ਮਾਰਕੀਟ ਗਿਆ ਹੋਇਆ ਤੇ ਸੜਕਾ ਦੁੱਧ ਮੁੱਕਿਆ ਸੀ ਹਾਂਜੀ ਕੁਦਰਤੀ ਆਪਾਂ ਜਿੱਥੇ ਪਹਿਲਾਂ ਰਹਿੰਦੇ ਹੁੰਦੇ ਸੀ ਨਾ ਬਿਲਕੁਲ ਸਾਨੂੰ ਆਦਤ ਆ ਉੱਥੇ ਜਾਣ ਦੀ ਉੱਥੇ ਲੰਗਰ ਉੱਦਾਂ ਵੀ ਲੱਗਿਆ ਕਈ ਵਾਰੀ ਪਹਿਲਾਂ ਵੀ ਤੇ ਲੰਗਰ ਲੱਗਿਆ ਹੋਇਆ ਸੀ ਤੇ ਮੈਂ ਦੇਖਿਆ ਜਾ ਕੇ ਛੋਲੇ ਪੂੜੀਆਂ ਦਾ ਲੰਗਰ ਲੱਗਿਆ ਹੋਇਆ
ਮੈਨੂੰ ਯਾਦ ਆ ਗਿਆ, ਮੈਂ ਕਿਹਾ ਫਿਓਨਾ ਨੂੰ ਬਹੁਤ ਪਸੰਦ ਆ ਛੋਲੇ ਪੂੜੀਆਂ, ਬਹੁਤ ਜ਼ਿਆਦਾ। ਮੈਂ ਕੀ ਕੀਤਾ, ਲਿਫਾਫੇ ਲੈ ਕੇ ਆਇਆ ਪਹਿਲਾਂ, ਫਿਰ ਕੱਪੜੇ ਸਾਡੇ ਫਰੂਟ ਜਿੱਥੋਂ ਪਿੱਕ ਤੋਂ ਲੈਂਦਾ ਨਾ ਸ਼ੋਪ ਤੋਂ, ਉਹ ਆਂਟੀ ਹੁੰਦੀ ਉੱਥੇ ਬੈਠੇ, ਉਹਨਾਂ ਤੋਂ ਮੈਂ ਲੈ ਕੇ ਆਇਆ। ਆਂਟੀ ਕਹਿੰਦੇ ਕਿੱਦਾਂ ਛੋਟੀ, ਕਿੱਦਾਂ ਦੀਦੀ, ਕਿੱਦਾਂ ਠੀਕ ਆ? ਮੈਂ ਕਿਹਾ ਹਾਂਜੀ। ਮੈਂ ਕਿਹਾ ਆਂਟੀ ਮੈਂ ਫਰੂਟ ਲੈਣ ਆਇਆ, ਮੈਂ ਕਿਹਾ ਅੱਜ ਮੈਂ ਲਿਫਾਫੇ ਦਿਓ ਚੱਲ। ਮੈਂ ਲਿਫਾਫੇ ਲੈ ਕੇ ਗਿਆ, ਮੈਂ ਫਿਰ ਅੰਕਲ ਜੀ ਹੁਣ ਨੂੰ ਕਿਹਾ ਉੱਥੇ, ਮੈਂ ਕਿਹਾ ਅੰਕਲ ਜੀ ਲੰਗਰ ਲੈ ਕੇ ਜਾਣਾ ਸੀਗਾ। ਪਹਿਲਾਂ ਤਾਂ ਕਹਿੰਦੇ ਬੇਟਾ ਆਪਾਂ ਖਾ ਲਓ ਤੁਸੀਂ ਇੱਦਾਂ ਇੱਥੇ, ਫਿਰ ਮਸੀਂ ਕਿਤੇ ਬਹਾਨਾ ਬਹੁਨਾ ਮਾਰ ਕੇ ਕੁਛ ਕਹਿ ਕੇ ਮੈਂ ਲੰਗਰ ਲੈ ਕੇ ਆਇਆ, ਕਿਉਂਕਿ ਲੰਗਰ ਖਾਣਾ ਕਿਹੜਾ ਮਾੜੀ ਗੱਲ ਆ, ਸਿੱਧੀ ਜਿਹੀ ਗੱਲ, ਸਵਾਦ ਬਹੁਤ ਜ਼ਿਆਦਾ, ਲੰਗਰ ਬਹੁਤ ਟੇਸਟੀ, ਲੰਗਰ ਕਿਸੇ ਦਾ ਵੀ ਹੋਵੇ ਲੰਗਰ ਸਵਾਦ ਹੀ ਹੁੰਦਾ। ਪਿਓਣਾ ਵੀ ਐਨ ਖੁਸ਼ ਹੋ ਗਈ, ਹੈ ਨਾ, ਕਿੰਨੇ ਟਾਈਮ ਬਾਅਦ ਆਪਾਂ ਪਾਗਲ ਇੱਥੇ ਆ ਕੇ ਸ਼ਹਿਰ 'ਚ, ਤਾਂ ਚਲੋ ਪਿੰਡਾਂ 'ਚ ਤਾਂ ਲੱਗਦੇ ਨੇ ਨਾ ਲੰਗਰ, ਇੱਥੇ ਆ ਕੇ ਖਾਧਾ ਨੀ ਕਦੀ, ਕਿੰਨੇ ਟਾਈਮ ਬਾਅਦ ਆ ਜਾ। ਮੈਂ ਹੁਣ ਕਰਤਾ, ਮੈਂ ਕਿਹਾ ਮੈਂ ਲੰਗਰ ਲੈ ਕੇ ਹੋਣ ਲੱਗਿਆ। ਜੈਬੂ ਵੀ ਐਨ ਖੁਸ਼। ਥੋੜੇ ਕੁ ਦਿਨ ਹੋ ਗਏ ਆ ਹੁਣ, ਇਹਨਾਂ ਨੂੰ ਰੋਜ਼ ਮਤਲਬ ਨਾ ਬਹਾਨਾ ਚਾਹੀਦਾ ਹੁੰਦਾ ਹੁਣ ਘੁੰਮ ਕੇ ਆਉਣ ਦਾ ਬਾਹਰ, ਮਤਲਬ ਰੋਜ਼ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਮੈਨੂੰ ਕਿ ਮੈਂ ਆਹ ਕੰਮ ਕਰਕੇ ਆਉਣਾ, ਕਰਮ ਆਹ ਕਰਕੇ ਆਉਣਾ। ਕਰਨਾ ਕੁਛ ਵੀ ਨਹੀਂ ਹੁੰਦਾ, ਕੋਈ ਜ਼ਰੂਰੀ ਕੁਛ ਨਹੀਂ ਹੁੰਦਾ, ਮਤਲਬ ਕਿ ਆਪਾਂ ਲਾਗੇ ਇੱਕ ਛੋਟਾ ਬਿਲਕੁਲ ਮਸੀਂ ਮੇਰੇ ਪਾ ਇੱਕ ਮਿੰਟ ਦਾ ਰਸਤਾ, ਉੱਥੇ ਸ਼ੋਪ ਤੋਂ ਹਰ ਇੱਕ ਚੀਜ਼ ਮਿਲ ਜਾਂਦੀ ਆ, ਪਰ ਲੈ ਕੇ ਆਉਂਦੇ ਮੈਨੂੰ ਬਿਲਕੁਲ, ਇਹਨਾਂ ਦਾ ਇੱਥੇ ਮਨ ਵਸ, ਮਤਲਬ ਚੱਲ ਗਏ ਹਾਂ ਆਪਾਂ ਉੱਧਰ ਭਾਵੇਂ, ਪਰ ਇਹਨਾਂ ਦੀ ਰੂਹ ਜਿਹੜੀ ਕਹਿੰਦੇ ਹੁੰਦੇ ਨਾ ਬੰਦੇ ਦੀ ਰਹਿ ਜਾਂਦੀ ਆ, ਉੱਥੇ ਰਹਿ ਗਈ ਵਾ, ਹੁਣ ਮੈਨੂੰ ਬੋਲਦੇ ਰਹਿੰਦੇ ਆ, ਜੋ ਮਰਜ਼ੀ ਹੋ ਜਾਵੇ ਤੁਸੀਂ ਅੱਗੇ ਜਾ ਕੇ ਮੈਨੂੰ ਇੱਥੇ ਘਰ ਲੈ ਕੇ ਦੇਣਾ ਤਾਂ ਦੇਣਾ ਹੀ ਆ, ਮੈਨੂੰ ਨਹੀਂ ਪਤਾ, ਕਹਿੰਦੀ ਮੈਨੂੰ ਇੱਥੇ ਘਰ ਚਾਹੀਦਾ ਸੀਗਾ, ਸੁਸਾਇਟੀ 'ਚ ਉੱਥੇ ਲੈ ਲੈਂਦਾ ਜਿੱਥੇ ਸੀਗੇ ਰਹਿੰਦੇ ਹੋਏ ਫਲੈਟ, ਉਹੀ ਲੈ ਲੈਂਦੇ, ਬਟ ਗੱਲ ਕੀ ਉੱਥੇ ਸਾਰੀ ਪਾਰਕਿੰਗ ਦੀ ਦਿੱਕਤ ਸੀ, ਬਸ ਇੱਕ ਕੰਜਸਟਡ ਏਰੀਆ ਸੀ, ਉੱਥੇ ਪਾਣੀ ਬਹੁਤ ਇਕੱਠਾ ਹੋ ਜਾਂਦਾ ਹੁੰਦਾ ਸੀ, ਉੱਥੇ ਬਹੁਤ ਜ਼ਿਆਦਾ, ਬਾਕੀ ਹੁਣ ਇਹਨੂੰ ਘੁੰਮ ਫਿਰ ਕੇ ਬਹੁਤ ਵਧੀਆ ਲੱਗਦਾ, ਥੋੜ੍ਹੇ ਦਿਨ ਹੋ ਗਏ ਰੋਜ਼ ਘੁੰਮਾਉਂਦਾ ਇਹਨੂੰ। ਅਤੇ ਜੈਬੂ ਸਾਡੀ ਸੁੱਤੀ ਪਈ ਸੀਗੀ, ਸਾਡਾ ਲਾਡੂ ਸੁੱਤਾ ਸੀ, ਲੱਡੂ ਨੂੰ ਸਾਡੇ ਨੂੰ ਇੱਦਾਂ ਚੱਕ ਕੇ ਲੈ ਕੇ ਆਉਂਦਾ, ਆਪਾਂ ਸ਼ੋਪਿੰਗ ਕਰਨ ਆਈ ਆ ਹੁਣ, ਕਹਿੰਦੀ ਲਿਪਸਟਿਕਸ ਲੈਣੀਆਂ ਆਪਣੀਆਂ, ਮੈਂ ਇਹਨੂੰ ਆਦਤ ਆ ਉੱਥੇ ਜਾ ਕੇ ਜਦੋਂ ਪਿੰਡ ਜਾਂਦੇ ਹੁੰਦੇ ਨਾ ਆਪਾਂ, ਉੱਥੇ ਸਾਡੀ ਇੱਕ ਸ਼ੋਪ ਆ, ਇੱਕ ਸ਼ੋਪ ਰੱਖੀ ਹੋਈ, ਬਾਕੀ ਜਦੋਂ ਮੈਂ ਪਿੰਡ ਜਾਂਦੀ ਹੁੰਦੀ ਨਾ ਜਾਂ ਫਿਰ ਹੁਸ਼ਿਆਰਪੁਰ ਲੈ ਕੇ ਉਹਦੀ ਵੂਮਨ ਕਲੈਕਸ਼ਨ ਤੋਂ, ਹਾਂ ਆਪਣੇ ਜੋ ਵੀ ਸਮਾਨ ਛੋਟਾ ਮੋਟਾ ਲੈ ਕੇ ਆਉਣਾ ਹੁੰਦਾ, ਹੁਣ ਪਤਾ ਨਹੀਂ ਯਾਰ ਕਦੋਂ ਜਾ ਹੋਣਾ ਕਦੋਂ ਨਹੀਂ। ਬਾਕੀ ਇੱਕ ਪਿੰਡ ਆ ਸਾਡੇ ਭਾਜੀ ਦੀ ਸ਼ੋਪ, ਪਿੰਡ ਦੇ ਬੰਦੇ ਦੀ, ਉੱਥੋਂ ਲੈ ਲਈਦਾ ਸੀਗਾ, ਹੁਣ ਉੱਥੇ ਇੱਥੇ ਲੈਣਾ ਪੈਣਾ, ਪਤਾ ਨਹੀਂ ਖਾਇਆ ਨਹੀਂ, ਕਿਉਂਕਿ ਜਮ ਕੀ ਗੱਲ ਆ, ਬਾਕੀ ਤੁਹਾਡੀ ਇਹਨੇ ਖਰਾਬ ਕਿੰਨੀਆਂ ਖਰਾਬ ਕਰਤੀਆਂ ਲਿਪਸਟਿਕਸ, ਤਾਂ ਹੀ ਤਾਂ ਗੱਲ ਹੈ ਜੈਬੂ। ਚਲੋ ਮੈਂ ਚੱਕਦਾ ਇਹਨੂੰ, ਆ ਜਾਓ ਆ ਜਾਓ ਆ ਜਾਓ ਆ ਜਾਓ, ਗਿਲਕੋ ਦੇਖ ਲਓ ਪਹਿਲਾਂ ਮਾਰਕੀਟ, ਬਰੱਸ਼ ਵੀ ਆਓ ਲੈਣੇ, ਸਾਰੇ ਖਰਾਬ ਕਰ ਦਿੱਤੇ ਨੇ, ਇਹਨੂੰ ਵੀ ਲੈ ਦਿਓ। ਸ਼ੋਪਿੰਗ ਹੋ ਰਹੀ ਹੈ ਜੀ, ਲਿਪਸਟਿਕਸ ਦੀ ਇਹ ਆਵਲ ਸਿਲੈਕਟ ਕੀਤੀ ਆ, ਮੈਂ ਪਸੰਦ ਕੀਤੀ, ਉਹ ਪਸੰਦ ਨਹੀਂ ਆਈ, ਪਸੰਦ ਮੈਂ ਕਿ ਦੇਖਾਂ ਹੋਰ ਵੀ ਕੀ ਕੀ ਆ, ਤੁਸੀਂ ਵੀ ਕਨਫਿਊਜ਼ ਹੋਣਾ, ਹੋਰ ਕੁਝ ਨਹੀਂ, ਮੈਂ ਇਹਨਾਂ ਦੇ ਇਹਨਾਂ ਦੀ ਹਮੇਸ਼ਾ ਆਦਤ ਆ ਇਹ, ਇਹਨਾਂ ਨੂੰ ਮੈਂ ਕਹਿ ਦੇਣਾ ਇੱਕ ਚੀਜ਼ ਕਿਵੇਂ ਕਿ ਹਾਂ ਪਸੰਦ ਆ, ਸਾਰਿਆਂ ਨੇ ਦੇਖ ਦੂ ਕੇ ਮੁੜ ਕੇ ਆਣਾ ਘੁੰਮ ਫਰਾ ਕੇ ਉਸ ਤੇ ਹੀ ਆ, ਫਿਰ ਹਾਂ ਵੀ ਠੀਕ ਆ, ਹੁਣ ਆਦਤ ਜਿਹੜੀ ਮਾੜੀ ਪਈ ਹੋਈ ਆ, ਕੀ ਕਰਾਂ, ਦੇਖ ਕੇ ਚੈੱਕ ਕਰਕੇ ਸਾਰੀਆਂ ਜਾਣੀਆਂ ਆਪਾਂ ਨਾ, ਚਲੋ ਕਰ ਲਓ ਆਪਣੇ ਦਿਲ ਦੀ ਤਸੱਲੀ ਨੂੰ। ਸੇਮ ਹੀ ਕਲਰ ਆ, ਪਿਆਰਾ ਕਲਰ ਆ ਸਾਰੇ।
ਬਸ ਲੈ ਲਈ ਯਾਰ, ਫਿਰ ਮੈਂ ਕਨਫਿਊਜ਼ ਹੋ ਜਾਣਾ ਸੱਚੀ। ਜਾਂ ਆ ਲੈ ਲਓ, ਤੁਹਾਨੂੰ ਵੀ ਦੱਸਾਂ ਜਾਂ ਉਹ ਲੈ ਲਓ। ਤੁਸੀਂ ਦੱਸੋ, ਆ ਇੱਕ ਮਿੰਟ ਜ਼ਰਾ ਸ਼ੇਡ ਦੋਨੇ ਆ ਲੈ ਲਓ, ਆਹ ਵਾਲੀ ਜਿਹੜੀ ਹੁਣ ਦੇਖ। ਬਸ ਹਾਂ, ਕਰ ਲਈ ਸ਼ੋਪਿੰਗ ਆਪਣੀ। ਇੱਕ ਹੋਰ ਗੱਲ ਦੱਸਿਓ, ਹੁਣ ਕਹਿੰਦੀ ਪਹਿਲੀ ਵਾਰੀ ਕਹਿੰਦੀ ਲਾਈਫ 'ਚ ਨਾ ਆਪਣੇ ਬ੍ਰਾਂਡਡ ਲਿਪਸਟਿਕ ਲਈ ਆ। ਕਿੰਨੇ ਦੀ ਆਈ ਸੀ? ਮੈਨੂੰ ਤਾਂ ਪਤਾ ਵੀ ਨੀ ਕਿੰਨੇ ਦੀ ਸੀ। ਬੜੀ ਖੁਸ਼ ਹੋਈ ਕਹਿੰਦੀ, ਅੱਜ ਪਹਿਲੀ ਵਾਰੀ ਕਹਿੰਦੀ ਮੈਂ ਉਹ ਲਈ, ਕਹਿੰਦੀ ਬ੍ਰਾਂਡ ਦੀ, ਕਹਿੰਦੀ ਲਿਪਸਟਿਕ। ਮੈਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ, ਕਿਉਂਕਿ ਮੈਂ ਤਾਂ ਬਸ ਪੈਸੇ ਪੇ ਕਰਦਾ ਹੁੰਦਾ, ਮੈਨੂੰ ਤਾਂ ਪਤਾ ਨਹੀਂ ਹੁੰਦਾ ਕੀ ਲੈਂਦੇ ਕੀ ਨਹੀਂ ਲੈਂਦੇ। ਜੈਵੂ ਵਾਸਤੇ ਬ੍ਰਸ਼ ਖਰਾਬ ਕਰੂੰਗੀ, ਹੁਣ ਆਪਣਾ ਕਰੂੰਗੀ ਬਸ। ਆਪਣੇ ਵਾਸਤੇ ਵੀ ਦੋ ਬ੍ਰਸ਼ ਲੈ ਆਏ ਆਪਾਂ, ਇਹਨੇ ਸਾਰੇ ਸਾਡੇ ਬ੍ਰਸ਼ ਖਰਾਬ ਕਰ ਦਿੱਤੇ ਹੋਏ ਆ ਮੈਡਮ ਨੇ। ਜੈਵੂ ਨੇ ਸ਼ੈਂਪੂ ਵੀ ਲੈ ਲਿਆ, ਹੋਰ ਅੱਜ ਪਹਿਲੀ ਵਾਰ ਲੜਾਈ ਸੀ ਉਹਨਾਂ ਨੇ ਲੜਾਈ ਆਪਣੇ ਨਾਰਮਲ ਹੈਡ ਐਂਡ ਸ਼ੋਲਡਰ ਨਾਲ, ਹੁਣ ਤੇਰੀ ਬੇਬੀ ਸ਼ੈਂਪੂ ਨਾਲ ਲੜਾਇਆ ਕਰਨੀ। ਚਲੋ ਚਲੀਏ, ਦੇਦੇ ਜੈਵੂ ਬ੍ਰਸ਼ ਛੱਡ ਦੂੰਗੀ, ਚੱਲ ਫੜ ਲਾ ਕੋਈ ਚੱਕਰ, ਫੜ ਲਾ ਫੜ ਲਾ। ਚਲੋ ਸਾਮ, ਆਹ ਦੇਖੋ ਇਹਨੂੰ ਮੈਡਮ ਨੂੰ ਨਾ ਹਰ ਇੱਕ ਜਗ੍ਹਾ ਤੇ ਰਿਸ਼ਵਤ ਮਿਲਦੀ ਹੈ, ਹਰ ਇੱਕ ਜਗ੍ਹਾ ਤੇ। ਹਾਂ ਨਹੀਂ, ਲੈ ਕੇ ਜਾਣਾ ਹੈ ਇਹਨੂੰ, ਹਰ ਇੱਕ ਜਗ੍ਹਾ ਰਿਸ਼ਵਤ ਮਿਲਦੀ ਮੇਰੇ ਮੈਡਮ ਨੂੰ, ਨਿੱਕੀ ਜੀ ਨੂੰ। ਫਰੂਟ ਲੈਂਦੇ ਆ ਨਾਲ, ਆ ਦੇ ਮਿਲ ਗਏ ਇਹਨੂੰ ਅੰਗੂਰ ਰਿਸ਼ਵਤ ਦੇ ਤੌਰ ਤੇ। ਪਹਿਲਾਂ ਮੇਰੇ ਕੋਲ ਆ ਕੇ ਲਾੜ ਲੈ ਰਹੀ ਸੀ, ਹੁਣ ਪਤਾ ਲੱਗ ਗਿਆ ਆਪਾਂ ਘੁੰਮਦੇ ਪਏ ਆ, ਕਿਲੋ ਇੱਕ ਕਿਲੋ ਹੁਣ ਪਤਾ ਲੱਗ ਗਿਆ ਨਾ, ਆਪਾਂ ਵੀ ਰੁਕੇ ਹੋਏ ਆ ਦੇਖਦੇ ਪਏ ਆ ਆਲੇ ਦੁਆਲੇ, ਨਾਲ ਹੀ ਮੰਮੀ ਤਾਂ ਫੇਰ ਦੌੜ ਗਈ ਆਲੇ ਦੁਆਲੇ ਦੇਖ। ਮੈਨੂੰ ਲੱਗਦਾ ਫਿਰ ਇਹਨਾਂ ਨੂੰ ਪਛਾਣ ਵੀ ਹੋ ਚੁੱਕੀ ਹੈ ਦੁਕਾਨ ਦੀ। ਹੁਣ ਕਰਿਆ ਕਰੀ ਬ੍ਰਸ਼ ਆ ਗਿਆ ਤੇਰੇ ਦੰਦ ਨਿੱਕੇ ਨਿੱਕੇ। ਮੇਰਾ ਤੇ ਪਾਪਾ ਦਾ ਨਾ ਖਰਾਬ ਕਰੀ, ਪਤਾ ਨੀ ਜਦੋਂ ਦਿਨ ਆਈ ਅਕਲ ਹਾਏ ਮੈਂ ਕਿੰਨੇ ਬ੍ਰਸ਼ ਨਹੀਂ ਲੈ ਲਏ। ਸਹੀ ਗੱਲ ਆ, ਮਹੀਨੇ ਵਿੱਚ ਘੱਟੋ ਘੱਟ ਦੋ ਤਿੰਨ ਵਾਰੀ ਬ੍ਰਸ਼ ਲੈ ਕੇ ਆਉਂਦੀ ਆ, ਪਤਾ ਨੀ ਕਿੱਥੇ ਕਿੱਥੇ ਪਿਆ ਹੁੰਦਾ ਬ੍ਰਸ਼। ਬਗਲ ਬੈਡ ਥੱਲੇ ਇੱਕ ਦਿਨ ਦੇ ਪਚੀਜਾ ਕੱਢੀਆਂ, ਪਤਾ ਨੀ ਕੀ ਕੀ ਨਿਕਲਿਆ, ਬ੍ਰਸ਼ ਨਿਕਲੇ ਉਦੋਂ ਨਵੇਂ ਹੀ। ਹੂੰ, ਕਰਨ ਨੂੰ ਮਨ ਵੀ ਨੀ ਕਰਦਾ, ਉਹ ਤਾਂ ਪਤਾ ਨੀ ਕੀ ਕੁਛ ਲੱਗਾ ਹੁੰਦਾ ਆ। ਸਹੀ ਗੱਲ ਆ, ਹਾਏ ਕਿੰਨਾ ਸੋਹਣਾ ਸੀ ਉਹ ਬ੍ਰਸ਼, ਹਾਏ ਵੀ ਇਹ ਤਾਂ ਸੋਹਣਾ ਹੀ ਹੋਆ। ਮੰਮਾ ਮੈਂ ਬੈਡ ਦੇ ਦੋ। ਮੈਨੂੰ ਇਹਨੇ ਮੇਰੇ ਦੁਆਲੇ ਲੱਗੀ ਰਹਿਣਾ ਸਾਰੀ ਰਾਤ ਨੂੰ, ਇਹਨੇ ਪਤਾ ਕੀ ਕਰਨਾ ਫਿਉਣਾ ਰਾਤ ਨੂੰ, ਇਹਨੇ ਰਾਤ ਨੂੰ ਕੀ ਕਰਨਾ ਮੇਰੇ ਉੱਤੇ ਆ ਕੇ ਲੰਮੀ ਪੈ ਤਾਂ ਜਾਣਾ ਇਹਨੇ ਹਨਾ ਗੋਦੀ ਚ, ਠੀਕ ਆ, ਮੈਨੂੰ ਪਾਗਲ ਬਣਾਉਣਾ 10-15-20 ਮਿੰਟ ਇਹਨੇ, ਪਤਾ ਲੱਗ ਗਿਆ ਕਿ ਹਾਂ ਵੀ ਛਾਂ ਤੇ ਜੋ ਹੋ ਗਏ ਨਾ। ਸਵੇਰੇ ਅੱਜ ਉੱਠ ਗਈ ਸੀ 6 ਵਜੇ, 6 ਵਜੇ ਅੱਜ ਸਵੇਰੇ ਉੱਠ ਗਈ, ਨਹੀਂ 8 ਵਜੇ ਉੱਠ ਗਈ ਸਵੇਰੇ ਅੱਜ,
ਤੇ ਉਸ ਤੋਂ ਬਾਅਦ ਦੁਪਹਿਰ ਸੁੱਤੀ 4:30 ਵਜੇ ਅੱਛਾ ਤੇ ਫੇਰ ਆਪਾਂ ਜਦੋਂ ਮਾਰਕੀਟ ਗਏ ਲਿਪਸਟਿਕ ਵਗੈਰਾ ਲੈਣ ਉਦੋਂ ਉੱਠ ਗਈ ਸੀ ਨਾ ਥੋੜੇ ਟਾਈਮ ਲਈ ਹੁਣ ਵੱਜਿਆ 9 ਜਾਂ ਫਿਰ 9:30 ਨਹੀਂ 9 ਵਜੇ ਆ ਅੱਛਾ ਅਜੇ ਤੱਕ ਸੁੱਤੀ ਆ ਇਹਨੇ ਹੁਣ ਉੱਠਣਾ 6:10:11 ਇਹਨੂੰ ਕੋਸ਼ਿਸ਼ ਕੀਤੀ ਥੱਲਣ ਦੀ ਨਹੀਂ ਉੱਠਦੇ ਬਈ ਇਹਦੇ ਹੱਥ 'ਚ ਨਾ ਬਰੱਸ਼ ਸੀ ਤੇ ਬਰੱਸ਼ ਫੜ ਕੇ ਤੇ ਦੋਨੇ ਸੌਂ ਗਏ ਮੈਂ ਇਹਦੇ ਹੱਥ 'ਚ ਬਰੱਸ਼ ਫੜਿਆ ਮੈਂ ਤਾਂ ਚੱਲ ਮੈਂ ਨਾ ਰੱਖ ਦੇਵਾਂ ਸਾਜਣਾ ਬਰੱਸ਼ ਫੜਾ ਜ਼ੋਰ ਲੈ ਲਈ ਬਰੱਸ਼ ਲੈ ਲਈ ਹੁਣ ਵੀ ਆ ਤੇ ਮਜ਼ੇ ਨਾਲ ਸੁੱਤੀ ਪਈ ਆ ਆ ਦੇਖੋ ਕੋਲ ਬੜੀਆਂ ਪਈਆਂ ਹੋਈਆਂ ਤੇ ਮਜ਼ੇ ਨਾਲ ਸੁੱਤੀ ਪਈ ਹੈ ਮੈਡਮ ਹੈ ਕੋਈ ਹੋਸ਼ ਨਹੀਂ ਹੈਗਾ ਸਾਹਮਣੇ ਲੱਗਿਆ ਹੋਇਆ ਕੂਲਰ ਹਵਾ ਲੈ ਰਹੀ ਠੰਡੀ ਠੰਡੀ ਆਹੋ ਚਾਹ ਜਿਹੜੇ ਅਸੀਂ ਨਵੇਂ ਕੱਪੜੇ ਪਾਏ ਹੋਏ ਤੇ ਹੁਣ ਯਾਰ ਕੱਪੜੇ ਕੁਪੜੇ ਵੀ ਇਹਨਾਂ ਦਾ ਘਰ ਦਾ ਜਿੱਦਾਂ ਹੋਇਆ ਪਿਆ ਨਾ ਹਾਂ ਇੱਕ ਦੋ ਕੱਪੜੇ ਜਿਹੜੇ ਪਏ ਹੋਏ ਆ ਤੇ ਬਾਕੀ ਕੱਪੜੇ ਵੀ ਜੋ ਪਏ ਹੋਏ ਆ ਨਾ ਸਾਰੇ ਸੈਟਿੰਗ ਕਰਨੀ ਆ ਕਿਉਂਕਿ ਜਿਹੜੇ ਕੁਛ ਕੁ ਸਾਡੇ ਪੁਰਾਣੇ ਕੱਪੜੇ ਨਾ ਜਿਹੜੇ ਉਹ ਰੱਖ ਕੇ ਅਲੱਗ ਰੱਖਣੇ ਆ ਹਾਂ ਪਰਦੇ ਵਗੈਰਾ ਹੋ ਗਏ ਏਦਾਂ ਦੀ ਚੀਜ਼ਾਂ ਹਨਾ ਇਹ ਥੋੜੇ ਜਿਹੇ ਸੈਟਿੰਗ ਰਹਿੰਦੀ ਕਰਨੀ ਜਿਹੜੀ ਇਹ ਕਰਨੀ ਆ ਬਸ ਆਪਾਂ ਕਿਉਂਕਿ ਮੈਂ ਵਿੱਚ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕੈਦ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿ ਜਦੋਂ ਆਪਾਂ ਸ਼ਿਫਟ ਕੀਤਾ ਸੀ ਨਾ ਘਰ ਇੱਥੇ ਉਸ ਤੋਂ ਬਾਅਦ 10-15 ਦਿਨ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਸੀ ਉਲਟੀਆਂ ਬਹੁਤ ਜ਼ਿਆਦਾ ਮੈਂ ਕਿਉਂਕਿ ਆਪਾਂ ਦੱਸਿਆ ਨਹੀਂ ਸੀ ਨਾ ਕਿ ਫਿਓਨਾ ਪ੍ਰੈਗਨੈਂਟ ਆ ਗੱਲ ਵੀ ਨਹੀਂ ਹੁੰਦੇ ਹੁੰਦੇ ਸੀ ਤਾਂ ਜੇ ਆਏ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਇੱਦਾਂ ਪ੍ਰੋਬਲਮ ਹੋ ਗਈ ਬਲੀਡਿੰਗ ਦੀ ਨਾ ਤਾਂ ਕਰਕੇ ਹੁਣ ਪ੍ਰੋਪਰ ਰੈਸਟ ਦੱਸੀ ਸੀ ਅਜੇ ਵੀ ਮੈਂ ਇੰਨਾ ਨਹੀਂ ਕਰਦੀ ਹੁਣ ਵੀ ਮੈਨੂੰ ਡਾਕਟਰ ਨੇ ਝੁਕਣਾ ਬਣਿਆ ਕਿ ਮੜਾ ਕੀਤਾ ਹੋਇਆ ਆ ਬਾਕੀ ਜੋ ਵੀ ਹੁਣ ਤਾਂ ਜੈਵਨ ਨੂੰ ਹਾਲ ਭਲਾਉਣ ਦਾ ਕੰਮ ਹੀ ਸਾਰਾ ਮੈਂ ਕਰਦਾ ਇਹ ਕਰਦੇ ਅੱਜ ਕੱਪੜੇ ਵੀ ਮੈਂ ਪਾ ਦਿੱਤੇ ਸੀ ਹੁਣ ਇਹਨਾਂ ਨੂੰ ਇਹੀ ਕੱਢੂਗੇ ਕਿਉਂਕਿ ਭਾਰੇ ਬੈਠ ਕੇ ਜਿੱਦਾਂ ਬੈਠਣਾ ਪੈਣਾ ਥੰਦੇ ਤੇ ਕੱਪੜੇ ਕੱਢੂਗੇ ਫਿਰ ਮੈਂ ਕੱਪੜੇ ਪਾਵਾਂ ਇੱਥੇ ਵੀ ਆਹ ਕੱਪੜੇ ਪਏ ਵੈਸੇ ਸਹਿ ਮਾਹੀ ਪਏ ਥੋੜੇ ਪਏ ਹੋਏ ਲੋਕ ਹਾਂਜੀ ਹਾਂਜੀ ਚੱਜ ਨਾ ਤੇ ਆਪਾਂ ਨਾ ਵੀ ਕੱਢੇ ਸੀ ਮੈਂ ਜਾਗੂ ਦੇ ਕੱਪੜੇ ਉਦਾਂ ਵੀ ਉਹ ਰੂਮ ਨੂੰ ਸਟੂਡੀਓ ਰੂਮ ਤਿਆਰ ਕਰਨਾ ਉਧਰ ਵੀ ਹਾਂਜੀ ਤੇ ਆਪਾਂ ਡਿਸਾਈਡ ਕੀਤਾ ਪਹਿਲਾਂ ਸਾਨੂੰ ਪਤਾ ਨਾ ਹੁੰਦਾ ਸੀ ਆਪਾਂ ਕਿੱਦਾਂ ਕੀ ਕਰੀਏ ਕਿਉਂਕਿ ਆਪਾਂ ਅਜੇ ਘਰ ਦਾ ਸਮਾਨ ਵੀ ਕੁਛ ਲਿਆਂਦਾ ਹੋਮ ਟੂਰ ਇੰਨੀ ਛੇਤੀ ਦਾ ਦੇ ਨਹੀਂ ਸਕਦੇ ਇਹ ਹਜੇ ਚਿਮਨੀ ਪਈ ਆ ਆਪਣਾ ਪਿਆ ਆ ਆਰੋ ਪਿਆ ਪੜਦੇ ਪਏ ਆ ਨਾ ਪੱਖੇ ਵੀ ਨਹੀਂ ਲਗਾਏ ਤੇ ਲਾਈਟਾਂ ਵੀ ਆਪਾਂ ਹੁਣੇ ਲਾਈਆਂ ਹਜੇ 2-3 ਬੰਦਾ ਪਏ ਲਾਉਣ ਵਾਲੇ ਤੁਹਾਨੂੰ ਪਤਾ ਖਰਚਾ ਵੀ ਨਵਾਂ ਨਵਾਂ ਹੋਇਆ ਸੀ ਪਹਿਲੀ ਗੱਲ ਤਾਂ ਸੱਚੀ ਗੱਲ ਦੱਸੀ ਤੇ ਹਜੇ ਤਾਂ ਔਖਾ ਹੌਲੀ ਹੌਲੀ ਲੱਗੇਗਾ ਹੌਲੀ ਹੌਲੀ ਬਣਾਵਾਂਗੇ ਆਪਣੇ ਕਰੋਨਾ ਜਿਹੜੀ ਚੀਜ਼ ਜਦੋਂ ਆਣੀ ਆਈ ਜਾਣੀ ਬੈੱਡ ਲਿਆ ਸੀ ਅਜੇ ਇੱਕ ਹਜੇ ਤਾਂ ਔਖਾ ਸਿੱਧੀ ਜੀ ਗੱਲ ਆ ਹੋਮ ਟੂਰ ਤੇ ਪ੍ਰੋਪਰ ਹੈ ਨਾ ਆਪਾਂ ਇਹ ਸੋਚਿਆ ਕਿ ਇੱਕ ਰੂਮ ਤਾਂ ਚਲੋ ਆਪਾਂ ਬਣਾ ਲਿਆ ਬੈੱਡ ਲੈ ਲਿਆ ਸੀ ਨਾ ਉਹ ਵਾਲਾ ਤੇ ਹੁਣ ਇੱਧਰਲੇ ਆਹ ਵਾਲਾ ਜਿਹੜਾ ਰੂਮ ਆ ਸਾਡਾ ਇਹ ਆਪਾਂ ਸਟੂਡੀਓ ਰੂਮ ਬਣਾਉਣਾ ਹੈ ਪ੍ਰੋਪਰ ਵੀਡੀਓਸ ਲਈ ਪ੍ਰੋਪਰ ਆਹ ਟੇਬਲ ਆ ਪੀਸੀ ਵਗੈਰਾ ਵੀ ਸੈਟ ਕਰਕੇ ਰੱਖਣਾ ਇਸ ਤਾਂ ਮੈਂ ਤੇ ਆਪਾਂ ਸੋਚਿਆ ਸੀ ਹੁਣ ਆਪਾਂ ਇੱਥੇ ਸਾਡੇ ਇੰਨਾ ਕੁ ਦਿਮਾਗ ਚ ਰਿਹਾ ਕਿ ਆਪਾਂ ਇੱਥੇ ਸੋਫਾ ਜਦੋਂ ਵੀ ਰੱਬ ਚਾਹੋਗੇ ਜਲਦੀ ਵੀ ਆ ਸਕਦਾ ਨਾ ਉਹ ਤਾਂ ਰੱਬ ਦੇ ਹੱਥ ਚ ਆ ਨਾ ਬਸ ਰੱਬ ਦਵੇ ਹੋਤਾ ਹੋਤਾ ਹਾਂਜੀ ਹਾਂਜੀ ਆਪਾਂ ਇੱਥੇ ਆਪਾਂ ਹੁਣ ਇਹ ਡਿਸਾਈਡ ਕੀਤਾ ਤੇ ਸੋਫਾ ਲਾ ਲੈਣਾ ਹੈ ਜੋ ਜੋ ਵੀ ਹੋਇਆ ਤੇ ਡਬਲ ਬੈੱਡ ਸਾਨੂੰ ਲਿਆਉਣਾ ਪੈਣਾ ਆ ਇੱਕ ਤਾਂ ਚਾਹੀਦਾ ਹੈ ਇੱਕ ਚਾਹੀਦਾ ਉਹ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਆਪਾਂ ਇੱਕ ਲੈ ਲਈਏ ਡਬਲ ਬੈੱਡ ਜੇ ਸਾਡਾ ਅੰਦਰਲਾ ਡਬਲ ਬੈੱਡ ਹੈ ਨਾ ਉਹ ਸਾਨੂੰ ਇਹਨਾਂ ਫ੍ਰੀ ਮਿਲਿਆ ਹੋਇਆ ਹੈ ਕੰਪਨੀ ਵੱਲੋਂ ਮਿਲਿਆ ਹੋਇਆ ਮਤਲਬ ਜਿਹਨਾਂ ਤੋਂ ਫਲੈਟ ਹਾਂ ਤੇ ਥੋੜੇ ਜਿਹਾ ਐਕਸਟਰਾ ਹੋਰ ਦੇ ਕੇ ਵਧੀਆ ਲੈ ਲਿਆ ਸੀ ਆਪਾਂ ਵਧੀਆ ਲੈ ਲਿਆ ਸੀ ਥੋੜੇ ਜਿਹੇ ਪੈਸੇ ਹੋਰ ਦੇ ਕੇ ਡਬਲ ਬੈੱਡ ਮਿਲਿਆ ਸੀ ਤੇ ਐਲ ਈ ਡੀ
ਬੈਨਰ ਮਿਲਿਆ ਸੀ ਉਹ ਵੀ ਆਪਾਂ ਲੈ ਕੇ ਉਹ ਲੈ ਕੇ ਆਉਣਾ ਅੱਜ ਆਪਾਂ ਦੋ ਚੀਜ਼ਾਂ ਮਿਲੀਆਂ ਸੀ ਬਸ ਸਾਨੂੰ ਤੇ ਬਾਕੀ ਆਪਾਂ ਇੱਥੇ ਬੈਡ ਲਾ ਲੈਣਾ ਡਾਇਨਿੰਗ ਟੇਬਲ ਸਾਹਿਬ ਕਹਿੰਦੇ ਆਪਾਂ ਲਾਉਣਾ ਨਹੀਂ ਤੇ ਪੂਜਾ ਰੂਮ ਬਣਾਉਣਾ ਹੈ ਉਹ ਸਾਈਡ ਤੇ ਇੱਕ ਛੋਟਾ ਜਿਹਾ ਉਹ ਪੂਜਾ ਰੂਮ ਬਣ ਜੂਗਾ ਬਾਕੀ ਵੀ ਆਹ ਦੋ ਡਿਆਰੇ ਹੁੰਦੇ ਥੇ ਦੂਜੀ ਜਗ੍ਹਾ ਤੇ ਮਸ਼ੀਨ ਸਾਰੇ ਕਹਿੰਦੇ ਸੀ ਤੁਸੀਂ ਜਲੂਸ ਕੱਢਿਆ ਹੋਰ ਨਾ ਕੱਢਿਓ ਫਿਰ ਉਹਨਾਂ ਇੱਕ ਦੋ ਮਿੰਟ ਆਏ ਸੀ ਤੁਸੀਂ ਇੱਥੇ ਨਾ ਰੱਖਿਓ ਉਹ ਆਪਾਂ ਕਾਲੀ ਕਾਲੀ ਦੇ ਵਿੱਚ ਇੱਥੇ ਰੱਖਵਾ ਲਈ ਸੀ ਜਿੱਦਾਂ ਆਪਾਂ ਪਿੱਛੇ ਹੀ ਕਰਤਾ ਹਾਂ ਉਹ ਪਿੱਛੇ ਕਰ ਦੇਣਾ ਸੀ ਪਿੱਛੇ ਕਰਨਾ ਕਿਉਂਕਿ ਅਜੇ ਥੋੜਾ ਜਿਹਾ ਤੁਹਾਨੂੰ ਪਤਾ ਕਿ ਉਹਨੂੰ ਨਜ਼ਾਰ ਨੂੰ ਟਾਈਮ ਦੇ ਦੇਣਾ ਤੇ ਪਿੱਛੇ ਆਪਾਂ ਕੁਝ ਸ਼ੂਜ਼ ਰੈਕ ਨਹੀਂ ਹੈਗੇ ਉਹ ਵੀ ਬਣਵਾਉਣੇ ਪਿੱਛੇ ਹਾਂ ਹੌਲੀ ਹੌਲੀ ਬਾਕੀ ਤੁਹਾਨੂੰ ਪਤਾ ਹਜੇ ਖਾਲੀ ਘਰ ਸੀਗਾ ਉਹਨੂੰ ਕਿੱਦਾਂ 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 ਕਰਕੇ ਮੈਨੇਜ ਕਰਨਾ ਹਾਂ ਆਪਾਂ ਸਲਾਹ ਬਣਾਈ ਨੇ ਸਟੂਡੀਓ ਰੂਮ ਬਣਾਉਣਾ ਆ ਇੱਥੇ ਸੋਫੇ ਹੋਣੇ ਇੱਥੇ ਬੈੱਡ ਲਾ ਲੈਣਾ ਹਾਂ ਕਿਉਂਕਿ ਤੋੜ ਭੱਜ ਬਾਰ ਬਾਰ ਹੀ ਨਾ ਹੁੰਦੀ ਘਰ ਦੀ ਤੇ ਬਾਰ ਬਾਰ ਚੀਜ਼ਾਂ ਸ਼ਿਫਟ ਨਹੀਂ ਹੁੰਦੀਆਂ ਸੋ ਸਮਾਣਾ ਸੋਚ ਸਮਝ ਕੇ ਇੱਕ ਵਾਰੀ ਕਰਾਂਗੇ ਬਾਕੀ ਤੁਹਾਨੂੰ ਪਤਾ ਬੇਬੀ ਹੋਣ ਵਾਲਾ ਆ ਠੀਕ ਆ ਕੋਈ ਗੱਲ ਨਹੀਂ ਘਰ ਤਾਂ ਆਪਣੇ ਕੋਲ ਹੋ ਗਿਆ ਨਾ ਮੇਨ ਚੀਜ਼ ਤਾਂ ਇਹ ਆ ਸਾਫ਼ ਸਫਾਈ ਹੋ ਜਾਂਦੀ ਆ ਠੀਕ ਆ ਜੋ ਚੀਜ਼ਾਂ ਪਈਆਂ ਹੋਈਆਂ ਉਹ ਆਪਾਂ ਕਰ ਲਾਂਗੇ ਮੈਨੇਜ ਕੋਈ ਇਸ਼ੂ ਨਹੀਂ ਹੈਗਾ ਤੇ ਕੱਪੜੇ ਚੱਕਣ ਵਾਲੇ ਪਏ ਜਿਆਦਾ ਕੁੜਾ ਦਾ ਕੱਪੜਿਆਂ ਦਾ ਜੈਬੂ ਦੇ ਕਰ ਲੂ ਮੈਂ ਗਰਮੀਆਂ ਵਾਲੇ ਸਿਆਣਾ ਮੇਰੇ ਸੋਲੋ ਚੱਕ ਦੇਣੇ ਆ ਤੇ ਗਰਮੀਆਂ ਵਾਲੇ ਰੱਖ ਦੇਣੇ ਕੱਪੜੇ ਹਨਾ ਇੱਕ ਬੰਦੇ ਨੇ ਵੀ ਹੁੰਦਾ ਨਾ ਕਿਉਂਕਿ ਆਇਆ ਗਿਆ ਰਹਿੰਦਾ ਇੱਥੇ ਬਿਕੋਜ਼ ਆਫ ਸਾਡੀ ਇੱਥੇ ਕੋਈ ਰਿਸ਼ਤੇਦਾਰੀ ਵੀ ਨਹੀਂ ਹੈਗੀ ਲਾਗੇ ਛਾਗੇ ਹਨਾ ਤੇ ਤਾਂ ਕਰਕੇ ਫਿਰ ਇੱਕ ਮਾਂ ਆਪਣੇ ਫੈਮਿਲੀ ਨੇ ਆਉਣਾ ਹੁੰਦਾ ਪਿੰਡ ਤੋਂ ਠੀਕ ਆ ਉਹ ਆਉਂਦੇ ਆ ਤੇ ਅੱਜ ਸਾਨੂੰ 2 ਮਹੀਨੇ ਵੀ ਨਹੀਂ ਪੂਰੇ ਹੋਏ ਸਾਹਿਬ ਹਾਂ ਉਹ ਵੀ ਆਪਾਂ ਹੀ ਚੱਲ ਜਾਈਦਾ ਮੋਸਟਲੀ ਹੈ ਨਾ ਉਹਨਾਂ ਨੂੰ ਘੱਟ ਜਾਣਾ ਆਉਣਾ ਜਾਣਾ ਹੁੰਦਾ ਇੱਧਰ ਮੰਮੀ ਹੋਣਾ ਦਾ ਹਨਾ ਆਪਾਂ ਜਾਏਦਾ ਜ਼ਿਆਦਾਤਰ ਉੱਧਰ ਤੇ ਆਪਾਂ ਇਸ ਕਰਕੇ ਹੁਣ ਜ਼ਿਆਦਾਤਰ ਆਪਣੇ ਬੇਬੀ ਦਾ ਖਿਆਲ ਰੱਖਣਾ ਤੇ ਤੁਹਾਨੂੰ ਪਤਾ ਜੈਵੂ ਆ ਉਹਨੂੰ ਵੀ ਪਾਲਣਾ ਆ ਉਹ ਵੀ ਉੱਧਰ ਬਿਜ਼ੀ ਰਹੀਦਾ ਕੰਮ ਕਾਰ ਵੀ ਕਰਨਾ ਹੁੰਦਾ ਆ ਸੋ ਰੋਟੀ ਸਬਜ਼ੀ ਵੀ ਕਰਨੀ ਹੁੰਦੀ ਆ ਇਹਨਾਂ ਚੀਜ਼ਾਂ 'ਚ ਟਾਈਮ ਨਿਕਲ ਜਾਂਦਾ ਬੰਦੇ ਦਾ ਸਾਰੇ ਕਹਿੰਦੇ ਤੁਸੀਂ ਰੈਸਟ ਕਰੋ ਹਾਂਜੀ ਮੈਂ ਪ੍ਰੋਪਰ ਰੈਸਟ ਕਰਦੀ ਪਈ ਹਾਂ ਮੈਨੂੰ ਝਾੜੂ ਪੋਚਣ ਨੂੰ ਮਨਾ ਕੀਤਾ ਸੀ ਉਸ ਸੈਮ ਨੇ ਮੈਨੂੰ ਰਖਵਾ ਦਿੱਤੇ ਸੀ ਹਾਊਸ ਹੈਲਪਰ ਹਾਂ ਹਾਊਸ ਹੈਲਪਰ ਰਖਵਾ ਦਿੱਤੇ ਸੀ ਝਾੜੂ ਪੋਚੇ ਦਾ ਥੋੜਾ ਜਿਹਾ ਔਖਾ ਹੁੰਦਾ ਨਾ ਕਿਉਂਕਿ ਬਹਿ ਕੇ ਕਰਨਾ ਪੈਂਦਾ ਕੁਝ ਚੀਜ਼ਾਂ ਚੁੱਕੇ ਕਰਨਾ ਪੈਂਦਾ ਤਾਂ ਕਰਕੇ ਮੁਸ਼ਕਿਲ ਆਉਂਦੀ ਸੀ ਅਜੇ ਮੈਂ ਕੋਈ ਗੱਲ ਨਹੀਂ ਤੁਸੀਂ ਠੀਕ ਕਰੋ ਆਪਣਾ ਆਰਾਮ ਨਾਲ ਰੈਸਟ ਕਰੋ ਅਜੇ ਇੰਜੋਏ ਕਰੋ ਥੋੜਾ ਟਾਈਮ ਝਾੜੂ ਪੋਚੇ ਤੋਂ ਬਿਲਕੁਲ ਹਾਂ ਚਲੋ ਕਰੋ ਟੇਸਟ ਖਾ ਕੇ ਦੇਖੋ